ਮੇਰੇ ਘਰ ਵਾਲੇ ਨੂੰ ਤੇਰੇ ਤੇ ਮੇਰੇ ਬਾਰੇ ਸਾਰਾ ਕੁਝ ਪਤਾ ਤੇ ਉਹ ਮੇਰੇ ਨਾਲ ਆ। ਜੇ ਤੇਰੇ ਘਰ ਵਾਲੇ ਨੂੰ ਪਤਾ ਨਾ ਤਾਂ ਮੇਰੀ ਘਰ ਵਾਲੀ ਨੂੰ ਵੀ ਸਾਰਾ ਕੁਝ ਪਤਾ। ਕਦੇ ਕਿਸੇ ਨੇ ਮੈਨੂੰ ਪੁੱਛਿਆ ਵੀ ਮੇਰਾ ਜਨਮ ਦਿਨ ਕਦੋਂ ਆ? ਮੈਨੂੰ ਕਦੇ ਵੀ ਮੇਰੀਆਂ ਭੈਣਾਂ ਦਾ ਕੁਝ ਵੀ ਕਰਨ ਤੋਂ ਨਾ ਰੋਕੀ ਨਾ। ਐਤਕੀ ਤੇਰੇ ਆਪਣੇ ਘਰ ਦੇ ਵਿੱਚ ਗੁਬਾਰੇ ਲੱਗੇ ਹੋਏ ਨੇ, ਮੈਂ ਤੇਰੀ ਚਾਚੀ ਕੋਲੋਂ ਨਹੀਂ ਲੈ ਕੇ ਆਈ। ਪੁੱਤ ਕੀ ਲਿਖੀ ਜਾਂਦੀ ਹੈ? ਕੁਛ ਨਹੀਂ ਨਾਨੀ ਜੀ, ਇਹ ਤਾਂ ਮੇਰਾ ਹੁਕਮ ਆ, ਪਰਚੀਆਂ ਚੱਲਦੀਆਂ ਨੇ ਪਰਚੀਆਂ। ਪੁੱਤ ਤੂੰ ਮੈਨੂੰ ਸਹੀ ਸਹੀ ਦੱਸ ਵੀ ਪਿਓ ਤੇਰਾ ਸੱਚੀ ਬਦਲ ਗਿਆ ਕਿ ਡਰਾਮੇ ਕਰਦਾ? ਨਾਨੀ ਜੀ, ਜੇ ਬਾਪੂ ਜੀ ਬਦਲੇ ਨਾ ਹੁੰਦੇ ਤਾਂ ਇਸ ਘਰ ਦੇ ਵਿੱਚ ਕੱਲ੍ਹ ਮੇਰਾ ਜਨਮ ਦਿਨ ਨਾ ਮਨਾਇਆ ਜਾਂਦਾ। ਇਹ ਤਾਂ ਹੈ, ਕੱਲ੍ਹ ਤੁਹਾਡੇ ਪਿਓ ਨੂੰ ਮੈਂ ਪਹਿਲੀ ਵਾਰ ਨੱਚਦਿਆਂ ਦੇਖਿਆ ਤੁਹਾਡੇ ਨਾਲ। ਅਸੀਂ ਵੀ ਕੱਲ ਪਹਿਲੀ ਵਾਰ ਨੱਚੇ ਆ। ਉਹ ਮੇਰੇ ਪੁੱਤਰੂ, ਉਹ ਵਿਆਹ ਨੂੰ ਦਿਨ ਹੀ ਕਿੰਨੇ ਕੁ ਰਹਿ ਗਏ? 6 ਦਿਨ ਤਾਂ ਰਹਿ ਗਏ। ਮੈਂ ਤਾਂ ਕਹਿਣਾ ਤੁਸੀਂ ਰਹਿ ਪੈਂਦੇ। ਜੀ ਤਾਂ ਜੀ ਸਾਡਾ ਵੀ ਬਹੁਤ ਕਰਦਾ ਰਹਿਣ ਨੂੰ, ਪਰ ਕੀ ਕਰੀਏ, ਕੰਮ ਹੀ ਇੰਨੇ ਛੇੜੇ ਪਏ ਨੇ। ਤੁਸੀਂ ਫਿਕਰ ਨਾ ਕਰੋ, ਅਸੀਂ 2 ਦਿਨ ਪਹਿਲਾਂ ਆ ਜਾਣਾ, ਫਿਰ ਦੇਖਿਓ ਰੌਣਕਾਂ ਲਾਉਂਦੇ। ਬਾਪੂ ਜੀ, ਰੌਣਕਾਂ ਦਾ ਤੁਸੀਂ ਸਮਝ ਹੀ ਗਏ ਹੋ ਨਾ। ਉਹ ਕੋਈ ਨਹੀਂ, ਮੇਰੀ ਗੱਲ ਸੁਣ ਪੁੱਤ, ਮੈਂ ਤਾਂ ਛੱਡਤੀ, ਪਰ ਤੇਰੇ ਚਾਚੇ ਨੂੰ ਮੀਤੇ ਨੂੰ ਕਹਿ ਕੇ ਰੱਖੂੰਗਾ ਕਿ ਵਿਆਹ 'ਚ ਇਹਨਾਂ ਦੀ ਸੇਵਾ ਕਰ ਦੇਵੇ, ਪਰ ਵਿਆਹ 'ਚ ਮੇਰੇ ਨਾਲ ਗੱਲ ਨਾ ਕਰੀ, ਐਵੇਂ ਸਾਰੇ ਜਾਣੇ ਨੂੰ ਮੇਰੇ ਆਲੇ ਦੁਆਲੇ ਕਰ ਦੇ। ਮੈਂ ਤੁਹਾਨੂੰ ਥੋੜ੍ਹੀ ਕਹਿਣਾ, ਲੈ ਮੈਂ ਆਪੇ ਆਉਂ, ਪਰ ਵਿਆਹ 'ਚ ਮਾੜਾ ਮੋਟਾ ਤਾਂ ਫੰਕਸ਼ਨ ਕਰਾਂਗੇ ਹੀ। ਨਾ ਨਾ ਨਾ, ਵਿਆਹ 'ਤੇ ਨਹੀਂ, ਵਿਆਹ ਤੋਂ 2 ਦਿਨ ਪਹਿਲਾਂ ਜਿੰਨਾ ਮਰਜ਼ੀ ਫੰਕਸ਼ਨ ਕਰ ਲਓ। ਮੈਂ ਕਰਾਵਾਂ ਤੁਹਾਡਾ ਫੰਕਸ਼ਨ, ਮੰਮੀ ਜੀ ਨੂੰ ਫੋਨ ਕਰਾਂ, ਦੱਸਾਂ ਬਾਪੂ ਜੀ ਨੂੰ ਫੋਨ ਕਰਕੇ। ਉਹ ਤਾਂ ਇਹ ਫੰਕਸ਼ਨ ਨਹੀਂ, ਫੰਕਸ਼ਨ ਕਹਿੰਦਾ ਫੰਕਸ਼ਨ, ਇਹ ਤਾਂ ਡੀਜੇ ਦੀ ਗੱਲ ਕਰਦਾ ਕਿ ਵਿਆਹ ਤੇ ਡੀਜੇ ਕਰ ਲਿਓ। ਆ ਬੁੜੀ ਦੇ ਕੰਨ ਹਜੇ ਤੇਜ਼ ਨੇ, ਆ ਕੋਈ ਡੀਜੇ ਜੂਜੇ ਦੀਆਂ ਗੱਲਾਂ ਨਹੀਂ ਕਰਦੇ, ਇਹ ਤਾਂ ਪੀਣ ਦੀਆਂ ਗੱਲਾਂ ਕਰਦੇ ਪਏ ਨੇ। ਆ ਗੰਦ ਖੇ ਨਾ ਘਰ ਲੈ ਕੇ ਆਇਓ, ਧੀ ਦਾ ਵਿਆਹ ਏ, ਮਾੜੀ ਮੋਟੀ ਸ਼ਰਮ ਕਰੋ। ਨਹੀਂ ਨਹੀਂ ਬੀਬੀ ਜੀ, ਅਸੀਂ ਇਹੋ ਜਿਹਾ ਕੁਛ ਨਹੀਂ ਕਰਦੇ। ਚੰਗਾ ਬਾਪੂ ਜੀ, ਹੁਣ ਅਸੀਂ ਚੱਲਦੇ ਹਾਂ, ਦਿਓ ਇਜਾਜ਼ਤ ਹੁਣ ਸਾਨੂੰ, ਆ ਜਾ ਸਾਡੂ ਆ। ਚੰਗਾ ਮਾਤਾ ਜੀ, ਦਿਓ ਇਜਾਜ਼ਤ। ਹਾਂ ਵੀ ਦੱਸੋ ਪੁੱਤ, ਅੱਜ ਕਿਹਦਾ ਹੁਕਮ ਆ? ਵਾਰੀ ਤਾਂ ਅੱਜ ਕਿਰਨ ਭੈਣ ਦੀ ਆ, ਪਰ ਬਾਪੂ ਜੀ ਅੱਜ ਮੈਂ ਮੰਗੂੰਗੀ। ਜਦੋਂ ਮੈਂ ਤੈਨੂੰ ਕੱਲ ਕਿਹਾ ਸੀ ਵੀ ਮੇਰੀ ਵਾਰੀ ਤੂੰ ਲੈ ਲਾ, ਉਹ ਤਾਂ ਤੂੰ ਮੰਨੀ ਨੀ, ਅੱਜ ਕਹੀ ਜਾਂਦੀ ਮੇਰੀ ਵਾਰੀ ਲੈਣੀ ਆ, ਆਹ ਕੀ ਗੱਲ ਆ? ਫੇਰ ਕੀ ਆ ਯਾਰ, ਤੂੰ ਕੱਲ ਨੂੰ ਮੰਗ ਲਈ, ਅੱਜ ਮੈਨੂੰ ਮੰਗਣ ਦੇ। ਚੱਲ ਠੀਕ ਆ, ਮੰਗ ਲਾ ਫਿਰ। ਥੈਂਕ ਯੂ ਭੈਣੇ। ਬਾਪੂ ਜੀ, ਅੱਜ ਦਾ ਹੁਕਮ ਮੈਂ ਤੁਹਾਨੂੰ ਬੋਲ ਕੇ ਨਹੀਂ ਦੱਸ ਸਕਦੀ। ਕਿਉਂ ਪੁੱਤ, ਇਹ ਜੀ ਕਿਹੜੀ ਖੁਆਇਸ਼ ਆ ਜਿਹੜੀ ਤੂੰ ਬੋਲ ਕੇ ਨਹੀਂ ਦੱਸ ਸਕਦੀ? ਹੈਗੀ ਆ ਬਾਪੂ ਜੀ, ਥੋੜ੍ਹੀ ਜਿਹੀ ਔਖੀ ਖੁਆਇਸ਼ ਆ ਜਿਹੜੀ ਮੈਂ ਬੋਲ ਕੇ ਨਹੀਂ ਦੱਸ ਸਕਦੀ। ਆ ਫੜੋ ਪਰਚੀ, ਤੁਸੀਂ ਆਪਣੇ ਆਪ ਪੜ੍ਹ ਲਓ। ਜਿਵੇਂ ਕਿ ਤੁਹਾਨੂੰ
ਤੁਹਾਨੂੰ ਪਤਾ ਇੰਡੀਆ ਵਰਸਿਜ਼ ਇੰਗਲੈਂਡ ਦੀ ਕ੍ਰਿਕਟ ਮੈਚ ਚੱਲ ਰਿਹਾ ਅਤੇ ਇਸ ਦੌਰਾਨ ਮੈਂ ਬਹੁਤ ਸਾਰਾ ਕੈਸ਼ ਜਿੱਤਿਆ ਅਤੇ ਇਹ ਇਕਲੌਤਾ ਮੌਕਾ ਆ ਜਿਹਦੇ ਵਿੱਚ ਤੁਸੀਂ ਇੰਗਲੈਂਡ ਨੂੰ ਹਰਾ ਕੇ ਇੰਡੀਆ ਨੂੰ ਜਿਤਾ ਸਕਦੇ ਹੋ ਅਤੇ ਘਰ ਬੈਠੇ ਬਹੁਤ ਸਾਰਾ ਕੈਸ਼ ਜਿੱਤ ਸਕਦੇ ਹੋ ਡਿਊਰਿੰਗ ਦੀ ਸਟੇ ਐਟ ਯੂਰ ਹੋਮ ਪਲੇ ਦ ਗੇਮ ਐਂਡ ਵਿਨ ਦ ਕੈਸ਼ ਤੋ ਦੇਰ ਕਿਸ ਗੱਲ ਦੀ ਟੀਵੀ ਨੂੰ ਛੱਡੋ 1xBet ਤੇ ਗੇਮ ਖੇਲੋ ਐਂਡ ਤੁਸੀਂ ਜਿੱਤੋ ਬਹੁਤ ਸਾਰਾ ਕੈਸ਼ ਅਤੇ ਮੇਰੇ ਦੇ ਉੱਤੇ ਪ੍ਰੋਮੋ ਕੋਡ ਨਾਲ ਤੁਹਾਨੂੰ ਮਿਲੂਗਾ ਜੀ ਬੋਨਸ 42900 ਕਮੈਂਟ ਪਿੰਨ ਕੀਤਾ ਹੋਇਆ ਵੀਰ ਜੀ ਕੀ ਲਿਖਿਆ ਪਰਚੀ 'ਚ ਸਾਨੂੰ ਵੀ ਤਾਂ ਦੱਸ ਦਿਓ ਮਿੰਦੋ ਕੀ ਲਿਖਿਆ ਇਹ ਤਾਂ ਹੁਣ ਬਾਪੂ ਜੀ ਦੱਸਣਗੇ ਜਦੋਂ ਮੇਰਾ ਹੁਕਮ ਪੂਰਾ ਹੋਊਗਾ ਦੱਸੋ ਬਾਪੂ ਜੀ ਮੇਰੀ ਇਹ ਖੁਆਇਸ਼ ਪੂਰੀ ਹੋਊਗੀ ਕਿ ਨਹੀਂ ਪੁੱਤ ਤੈਨੂੰ ਪਤਾ ਹੀ ਆ ਇਸ ਘਰ 'ਚ ਕਿੰਨਾ ਕੁਛ ਹੋਇਆ ਉਸ ਚੀਜ਼ ਕਰਕੇ ਮੈਂ ਸੋਚਣ ਲਈ ਮਜਬੂਰ ਹੋ ਗਿਆ ਮੈਂ ਤਾਂ ਇਹ ਚਾਹੁੰਦਾ ਤੂੰ ਵੀ ਇੱਕ ਵਾਰ ਸੋਚ ਲਾ ਕਿਤੇ ਇਹ ਖੁਆਇਸ਼ ਪੂਰੀ ਕਰਨਾ ਗਲਤ ਸਾਬਤ ਨਾ ਹੋ ਜਾਵੇ ਬਾਪੂ ਜੀ ਮੈਂ ਬਹੁਤ ਸੋਚਿਆ ਤੇ ਬਹੁਤ ਸੋਚਣ ਤੋਂ ਬਾਅਦ ਹੀ ਤੁਹਾਨੂੰ ਕਿਹਾ ਪੁੱਤ ਪਤਾ ਨਹੀਂ ਕਿਉਂ ਇਹ ਮੈਨੂੰ ਠੀਕ ਨਹੀਂ ਲੱਗਦਾ ਪਿਆ ਠੀਕ ਹੈ ਬਾਪੂ ਜੀ ਜੇ ਤੁਹਾਨੂੰ ਨਹੀਂ ਠੀਕ ਲੱਗ ਰਿਹਾ ਫਿਰ ਤੁਸੀਂ ਨਾ ਮੰਨੋ ਮੈਂ ਇਹੀ ਸੋਚੂੰਗੀ ਵੀ ਮੇਰਾ ਇੱਕ ਹੁਕਮ ਅਧੂਰਾ ਰਹਿ ਗਿਆ ਨਹੀਂ ਪੁੱਤ ਏਦਾਂ ਨਾ ਕਹਿ ਮੈਨੂੰ ਮਾੜਾ ਜਿਹਾ ਸੋਚਣ ਦੇ ਮੈਂ ਕੀ ਕਰਨਾ ਕੀ ਨਹੀਂ ਨਾ ਹੁਣ ਤੂੰ ਬਾਪੂ ਜੀ ਤੋਂ ਇਹੋ ਜਿਹਾ ਕੀ ਮੰਗ ਲਿਆ ਜਿਹੜਾ ਬਾਪੂ ਜੀ ਸੋਚਣ ਲਈ ਮਜਬੂਰ ਹੋ ਗਏ ਨਾਲੇ ਮਿੰਦੋ ਇਹੋ ਜਿਹਾ ਕੀ ਸੀ ਵੀ ਤੂੰ ਬੋਲ ਹੀ ਨਹੀਂ ਸਕੀ ਲਿਖ ਕੇ ਦੇਣਾ ਪੈ ਗਿਆ ਮੈਂ ਨਹੀਂ ਦੱਸਦੀ ਲੈ ਆ ਕੀ ਗੱਲ ਹੋਈ ਹੁਣ ਤੂੰ ਸਾਨੂੰ ਵੀ ਨਹੀਂ ਦੱਸੇਂਗੀ ਅਸੀਂ ਕਿਹੜਾ ਤੈਨੂੰ ਰੋਕਣ ਲੱਗੇ ਆ ਪਰ ਆਪਾਂ ਤਾਂ ਸਾਰੀਆਂ ਗੱਲਾਂ ਇੱਕ ਦੂਜੇ ਨਾਲ ਸ਼ੇਅਰ ਕਰਦੇ ਆ ਤੂੰ ਆ ਹੁਕਮ ਨਹੀਂ ਸ਼ੇਅਰ ਕਰੇਂਗੀ ਕਰੂੰਗੀ ਜ਼ਰੂਰ ਕਰੂੰਗੀ ਪਰ ਸਹੀ ਟਾਈਮ ਆਉਣ ਤੇ ਅੱਛਾ ਜੀ ਜਾਣੀ ਮੁੱਖ ਦੀ ਗੱਲ ਇਹ ਆ ਵੀ ਤੂੰ ਹੁਣ ਸਾਨੂੰ ਦੱਸਣਾ ਨਹੀਂ ਤੂੰ ਕੀ ਚਾਹੁੰਦੀ ਆ ਨਹੀਂ ਭੈਣੇ ਜੇ ਮੈਂ ਦੱਸਣਾ ਹੀ ਹੁੰਦਾ ਤਾਂ ਮੈਂ ਬਾਪੂ ਜੀ ਦੇ ਅੱਗੇ ਨਾ ਬੋਲ ਪੈਂਦੀ ਇਹ ਤਾਂ ਹੁਣ ਤੁਹਾਨੂੰ ਵੀ ਉਹਦੀ ਪਤਾ ਲੱਗੂਗਾ ਜਦ ਬਾਪੂ ਜੀ ਘਰੇ ਆਉਣਗੇ ਪਰ ਮਿੰਦੋ ਫੇਰ ਪਰ ਮੈਂ ਨਾ ਹੁਣ ਗਾਲ ਪਾ ਦੇਣੀ ਆ ਜੇ ਕਿਸੇ ਨੇ ਬਾਪੂ ਜੀ ਦੇ ਫੈਸਲੇ ਤੋਂ ਪਹਿਲਾਂ ਮੈਨੂੰ ਕੁਛ ਵੀ ਪੁੱਛਿਆ ਲੈ ਇਹ ਪਤਾ ਨਹੀਂ ਹੁਣ ਕਿਹੜਾ ਬੰਬ ਸਿੱਟੂਗੀ ਕੁਛ ਤਾਂ ਹੈ ਜਿਹੜਾ ਵੀਰਾ ਵੀ ਸੋਚਣ ਲਈ ਮਜਬੂਰ ਹੋ ਗਿਆ ਮੈਂ ਦੱਸਾਂ ਮੈਨੂੰ ਲੱਗਦਾ ਮੈਨੂੰ ਪਤਾ ਵਾ ਅੱਛਾ ਤੂੰ ਬੜੀ ਅੰਤਰਯਾਮੀ ਆ ਜੇ ਤੈਨੂੰ ਪਤਾ ਲੱਗ ਗਿਆ ਤਾਂ ਦੱਸ ਅੰਤਰਯਾਮੀ ਹੀ ਸਮਝੋ ਮੈਨੂੰ ਲੱਗਦਾ ਨਾ ਮਿੰਦੂ ਨੇ ਰਾਂਝਾ ਮੰਗ ਲਿਆ ਹੋਣਾ ਚੁੱਪ ਕਰਨੀ ਤੈਨੂੰ ਬੜਾ ਰਾਂਝਾ ਯਾਦ ਆਉਂਦਾ ਕੋਈ ਗੱਲ ਹੁੰਦੀ ਆ ਜਦ ਉਹਨੂੰ ਵਿੱਚ ਲੈ ਆਉਂਦੀ ਆ ਮੈਂ ਤਾਂ ਆਪਣਾ ਦਿਮਾਗ ਲਾਇਆ ਸੀਗਾ ਜੋ ਦਿਮਾਗ ਚ ਆਇਆ ਮੈਂ ਕਹਿਤਾ ਫਿਰ ਤੂੰ ਨਾ ਆਪਦਾ ਦਿਮਾਗ ਲਾਇਆ ਨਾ ਕਰ ਕਿਉਂਕਿ ਤੇਰੇ ਦਿਮਾਗ ਦੀ ਜਿਹੜੀ ਰੀਲ ਆ ਨਾ ਉਹ ਸਿੱਧੀ ਨਹੀਂ ਚੱਲਦੀ ਉਹ ਪੁੱਠੀ ਚੱਲਦੀ ਆ ਨੀ ਆ ਕੀ ਗੱਲ ਕਰਦੀ ਆ ਆ ਰਾਂਝਾ ਕੌਣ ਹੈ ਨਾਨੀ ਮੈਂ ਦੱਸਦੀ ਆ ਰਾਂਝਾ ਕੌਣ ਤੂੰ ਚੁੱਪ ਕਰਨੀ ਇੱਕ ਭੂਤ ਆ ਜਿਹੜਾ ਇਸ ਘਰ ਨੂੰ ਚਿਮੜਿਆ ਹੋਇਆ ਉਹਦਾ ਨਾਮ ਅਸੀਂ ਰਾਂਝਾ ਰੱਖਿਆ ਆ ਨਾ ਨਾ ਪੁੱਤ ਭੂਤਾਂ ਦੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਆ ਜਾਂਦੇ ਆ ਰੱਬ ਦਾ ਨਾਮ ਲਓ ਆ ਲੈਣ ਦਿੰਦੀ ਆ ਰੱਬ ਦਾ ਨਾਮ 24 ਘੰਟੇ ਭੂਤਾਂ ਦਾ ਹੀ ਨਾਮ ਲੈਂਦੀ ਰਹਿੰਦੀ ਆ ਜੇ ਤਾਂ ਮੈਂ ਬੋਲਾਂ ਤਾਂ ਮਾੜੀ ਤੇ ਜੇ ਨਾ ਬੋਲਾਂ ਫਿਰ ਤਾਂ ਮਾੜੀ ਹੈਗੀ ਹੋਈ ਆ ਦੇਖ ਤਾਂ ਕਿੱਦਾਂ ਮੂੰਹ ਬਣਾ ਕੇ ਗਈ ਆ ਜਮਾਂ ਤਮੀਜ਼ ਨਹੀਂ ਹੈਗੀ ਕਿ ਮੈਂ ਇਹਦੀ ਚਾਚੀ ਸੱਸ ਆ ਕਿ ਬੋਲਣ ਲੱਗੇ ਭੋਰਾ ਸੋਚਦਾ ਲਵੇ ਧੀ ਪੁੱਤ ਟੋਕੇ ਤੇ ਸਮਝ ਲਵੇ ਨਾ ਇਹੀ ਬਹੁਤ ਆ ਇਹ ਨਹੀਂ ਸੁਧਰਦੀ ਇਹ ਤਾਂ ਪੁੱਠੇ ਜਵਾਬ ਦਿੰਦੀ ਆ ਇਹਦੇ ਨਾਲ ਤਾਂ ਨਾ ਸਵਾਲ ਜਵਾਬ ਕਰਿਆ ਹੀ ਨਾ ਕਰੋ ਨਹੀਂ ਤਾਂ ਇਹ ਫਰਕ ਕਦੇ ਮੁੱਕਣਾ ਹੀ ਨਹੀਂ
ਮੈਂ ਤਾਂ ਆਪ ਬਥੇਰਾ ਕੰਟਰੋਲ ਰੱਖਦੀ ਹਾਂ ਆਪਣੇ ਆਪ 'ਤੇ, ਪਰ ਜਦੋਂ ਮਿੰਦੋ ਨੂੰ ਬੋਲਦੀ ਆ ਨਾ, ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ ਫਿਰ। ਹੋਰ ਕੀ, ਜਦੋਂ ਇਹ ਮਿੰਦੋ ਨੂੰ ਬੋਲਦੀ ਆ, ਮੈਨੂੰ ਤਾਂ ਆਪ ਬਹੁਤ ਗੁੱਸਾ ਚੜ੍ਹਦਾ। 36 ਗੱਲਾਂ ਬਣਾਉਂਦੀ ਆ, ਅਸੀਂ ਇਹਨੂੰ ਆਪਣਾ ਸਮਝਦੇ ਹਾਂ ਅਤੇ ਇਹ ਸਾਨੂੰ ਬੇਗਾਨਾ ਕਰੀ ਬੈਠੀ ਆ। ਜੇ ਇਹ ਆਪਾਂ ਨੂੰ ਆਪਣਾ ਸਮਝਦੀ ਨਾ, ਇਸ ਪਰਿਵਾਰ ਨੂੰ ਆਪਣਾ ਸਮਝਦੀ ਨਾ, ਤਾਂ ਪਰਿਵਾਰ ਦੀ ਇੱਜ਼ਤ ਨੂੰ ਐਂ ਭੰਡਦੀ ਨਾ ਫਿਰਦੀ ਇਹ। ਮੈਂ ਤਾਂ ਕਹਿੰਦੀ ਹਾਂ ਵੀ ਭਾਬੀ ਨਾਲ ਪੰਗਾ ਨਾ ਲਵਾਂ, ਪਰ ਲੱਗਦਾ ਇਹਨੇ ਇੱਦਾਂ ਲੋਟ ਹੀ ਨਹੀਂ ਆਉਣਾ। ਨਾ ਹੁਣ ਤੂੰ ਕੀ ਕਰਨਾ, ਵਿਆਹ ਨੂੰ ਹਫ਼ਤਾ ਰਹਿ ਗਿਆ, ਭਜਾਉਣੀ ਆ ਉਹ? ਭਜਾਉਣੀ ਨਹੀਂ, ਬਸ ਟਕਾਉਣੀ ਆ। ਇਹ ਰੁਕ ਜਾ, ਜਾਣ ਦੇ ਭਾਬੀ, ਕੁੜੀ ਸਮਝਦਾਰ ਆ। ਗੇਟ ਕਿਉਂ ਬੰਦ ਕੀਤਾ ਹੁਣ? ਕਿਉਂ ਭਾਬੀ, ਤੂੰ ਵੀ ਤਾਂ ਗੱਲ ਗੱਲ 'ਤੇ ਗੇਟ ਬੰਦ ਕਰਦੀ ਹੋਈ ਆ। ਦੇਖ ਭਾਬੀ, ਮੈਂ ਤੇਰੇ ਨਾਲ ਪਿਆਰ ਨਾਲ ਗੱਲ ਕਰਨ ਆਈ ਹਾਂ ਅਤੇ ਮੈਨੂੰ ਪਿਆਰ ਨਾਲ ਹੀ ਜਵਾਬ ਦੇ। ਹਾਂ ਬੋਲ, ਕਿਹੜੀ ਗੱਲ ਕਰਨ ਆਈ ਹੈ ਪਿਆਰ ਨਾਲ? ਭਾਬੀ, ਤੁਸੀਂ ਮੰਮੀ ਅਤੇ ਚਾਚੀ ਦੀ ਗੱਲ ਦਾ ਗੁੱਸਾ ਨਾ ਕਰਿਆ ਕਰੋ। ਤੁਹਾਨੂੰ ਲੈ ਕੇ ਉਹਨਾਂ ਦੇ ਦਿਲ 'ਚ ਕੋਈ ਗੱਲ ਨਹੀਂ ਹੈਗੀ, ਉਹ ਤਾਂ ਬਸ ਤੁਸੀਂ ਹਰ ਗੱਲ ਵਿੱਚੋਂ ਮੁੰਡੇ ਰਾਂਝੇ ਦਾ ਨਾਂ ਲੈ ਆਉਂਦੇ ਹੋ ਨਾ, ਤਾਂ ਕਰਕੇ ਖਿੱਝ ਜਾਂਦੇ ਆ। ਦੇਖ ਕਿਰਨ, ਜਿਹੜਾ ਮਿੰਦੋ ਨੇ ਲਿਖ ਕੇ ਦਿੱਤਾ ਤੇ ਕੁਛ ਬੋਲੀ ਨਹੀਂ, ਉਹਦੇ ਲਈ ਮੈਂ ਸਿਰਫ ਇੱਕ ਅੰਦਾਜ਼ਾ ਲਾਇਆ ਸੀਗਾ, ਪਰ ਇਹਨਾਂ ਨੂੰ ਮੇਰੀ ਹਰ ਮੂੰਹੋਂ ਗੱਲ ਨਿਕਲੀ ਹੋਈ ਗਲਤ ਹੀ ਲੱਗਦੀ ਹੈ। ਕਿਵੇਂ ਸਮਝਾਵਾਂ ਮੈਂ ਤੁਹਾਨੂੰ? ਹੁਣ ਦੇਖੋ ਭਾਬੀ, ਜੇ ਅਸੀਂ ਤੁਹਾਨੂੰ ਵਾਰ ਵਾਰ ਇੱਕੋ ਹੀ ਗੱਲ ਕਹੀ ਜਾਈਏ ਵੀ ਤੁਸੀਂ ਭੱਜ ਕੇ ਆਇਓ ਭੱਜ ਕੇ ਆਇਓ, ਤੁਹਾਨੂੰ ਵੀ ਗੁੱਸਾ ਚੜ੍ਹਦਾ ਆ ਨਾ, ਐਵੇਂ ਸਾਨੂੰ ਚੜ੍ਹਦਾ। ਬਸ ਤੁਸੀਂ ਇੱਕ ਗੱਲ ਪੱਲੇ ਮੰਨ ਲਓ ਵੀ ਕੁਛ ਵੀ ਹੋ ਜਾਵੇ, ਪਰ ਤੁਸੀਂ ਉਸ ਮੁੰਡੇ ਦਾ ਨਾਂ, ਉਸ ਮੁੰਡੇ ਦੀ ਗੱਲ ਇਸ ਘਰ 'ਚ ਨਹੀਂ ਕਰਨੀ। ਠੀਕ ਆ, ਨਹੀਂ ਕਰਦੀ। ਇਹੀ ਉਮੀਦ ਸੀ ਭਾਬੀ ਤੁਹਾਤੋਂ ਮੈਨੂੰ। ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਹਾਂ, ਸਾਰਿਆਂ ਦਾ ਆਹ ਬਹਿਸ ਵਸਈਆ ਕਰਕੇ ਮੂਡ ਤਾਂ ਖਰਾਬ ਹੋਇਆ ਹੀ ਹੋਇਆ, ਹੁਣ ਆਪਾਂ ਉਸ ਮੂਡ ਨੂੰ ਠੀਕ ਕਰਦੇ ਹਾਂ। ਪਰ ਕਿਵੇਂ? ਦੇਖੋ ਭਾਬੀ, ਚਾਹ ਦਾ ਟਾਈਮ ਤਾਂ ਹੋਇਆ ਹੀ ਹੋਇਆ, ਆਪਾਂ ਇਉਂ ਕਰਦੇ ਹਾਂ, ਚਾਹ ਦੇ ਨਾਲ ਨਾਲ ਪਕੌੜੇ ਵੀ ਬਣਾਉਣੇ ਆ। ਦੇਖਿਓ, ਪਕੌੜਿਆਂ ਨੂੰ ਦੇਖ ਕੇ ਨਾ ਸਾਰਿਆਂ ਨੇ ਖੁਸ਼ ਹੋ ਜਾਣਾ। ਹੁਣ ਪਤਾ ਲੱਗਿਆ ਮੈਨੂੰ ਵੀ ਤੂੰ ਇੱਥੇ ਕਰਨ ਕੀ ਆਈ ਹੈ, ਮੇਰਾ ਭਲਾ ਸੋਚਣ ਨਹੀਂ ਆਈ, ਆਪਦਾ ਮਤਲਬ ਕਢਾਉਣ ਆਈ ਹੈ। ਮਤਲਬ? ਜੇ ਤੇਰਾ ਪਕੌੜੇ ਖਾਣ ਦਾ ਦਿਲ ਕਰਦਾ ਨਾ, ਤਾਂ ਆਪਦੇ ਆਪ ਬਣਾ ਲਾ ਜਾ ਕੇ। ਜੇ ਬਾਹਲੀ ਗੱਲ ਆ ਇਕੱਲੀ ਤੋਂ ਨਹੀਂ ਬਣਦੇ ਨਾ, ਤਾਂ ਉਹਨਾਂ ਨੂੰ ਕਹਿ ਲਾ ਮਿੰਦੋ ਤੇ ਨਵੀਂ ਨੂੰ, ਜਿਨ੍ਹਾਂ ਨਾਲ ਚਿੰਬੜੀ ਰਹਿਣੀ ਹੈ 24 ਘੰਟੇ। ਪਰ ਮੇਰੇ ਤੋਂ ਕੋਈ ਆਸ ਨਾ ਰੱਖੀ ਵੀ ਤੁਹਾਡੇ ਸਾਰੇ ਟੱਬਰ ਵਾਸਤੇ ਮੈਂ ਪਕੌੜੇ ਤਲੂੰਗੀ। ਤੁਹਾਡਾ ਟੱਬਰ? ਕਿਉਂ ਭਾਬੀ, ਇਹ ਸਾਰੇ ਤੇਰੇ ਕੁਛ ਨਹੀਂ ਲੱਗਦੇ? ਨਾਲੇ ਨਾ ਹੌਲੀ ਆਵਾਜ਼ 'ਚ ਗੱਲ ਕਰ, ਬਾਹਰ ਸਾਰੇ ਜਾਣੇ ਖੜੇ ਨੇ। ਤੂੰ ਇੱਕ ਗੱਲ ਯਾਦ ਰੱਖ, ਤੂੰ ਇਸ ਘਰ ਦੀ ਨੂੰਹ ਆ, ਤੇ ਮੈਂ ਤੈਨੂੰ ਨਹੀਂ ਕਹੂੰਗੀ ਤਾਂ ਹੋਰ ਕਿਹਨੂੰ ਕਹੂੰਗੀ? ਨਾਲੇ ਬਾਪੂ ਜੀ ਨੇ ਮਹਿੰਦਰ ਨੂੰ ਤਾਂ ਕੰਮ ਕਰਨ ਤੋਂ ਮਨਾ ਹੀ ਕੀਤਾ ਹੋਇਆ, ਤੇ ਨਵੀਂ ਨੂੰ ਕਹਿੰਦੀ ਮੈਂ ਚੰਗੀ ਲੱਗਦੀ ਹਾਂ। ਫਿਰ ਆਪਣੀ ਚਾਚੀ ਨੂੰ ਕਹਿ ਦੇ, ਆਪਣੀ ਮੰਮੀ ਨੂੰ ਕਹਿ ਦੇ, ਉਹ ਬਣਾ ਦੇਣਗੀਆਂ, ਪਰ ਇੱਥੋਂ ਚਲੀ ਜਾ। ਕਿਉਂ ਭਾਬੀ, ਸਾਡੀ ਮੰਮੀ ਤੇਰੀ ਕੁਛ ਨਹੀਂ ਲੱਗਦੀ? ਚੱਲ ਜੇ ਮੈਂ ਮੰਮੀ ਤੋਂ ਹੀ ਕੰਮ ਕਰਾਉਣਾ, ਤੇ ਤੇਰਾ ਸਾਨੂੰ ਇੱਥੇ ਕੀ ਸੁੱਖ ਆ? ਹੁਣ ਤੋਂ ਪਹਿਲਾਂ ਵੀ ਤਾਂ ਸਾਰਾ ਕੰਮ ਮੰਮੀ ਹੀ ਕਰਦੀ ਆਈ ਆ, ਫਿਰ ਤੂੰ ਕਾਹਦੇ ਵਾਸਤੇ ਆ ਇੱਥੇ? ਮੈਂ ਹੈਗੀ ਇੱਥੇ ਐਸ਼ ਕਰਨ ਨੂੰ, ਨਾਲੇ ਜੇ ਹੁਣ ਤੱਕ ਤੇਰੀ ਮੰਮੀ ਕੰਮ ਕਰਦੀ ਸੀ ਤਾਂ ਨੂੰਹ ਦੇ ਆਏ ਤੇ ਮੰਮੀ ਦੇ ਹੱਥ ਕੰਮ ਕਰਨੇ ਬੰਦ ਹੋ ਗਏ, ਹੁਣ ਵੀ ਉਹੀ ਕਰ ਲਵੇ? ਮੂੰਹ ਬੰਦ ਕਰ ਆਪਦਾ।
ਤੇਰੇ ਵਰਗੀ ਨੂੰ ਇੱਜ਼ਤ ਰਾਸ ਨਹੀਂ ਆਉਂਦੀ। ਭੋਲਾ ਨਹੀਂ ਦੇਖਦੀ ਗੱਲ ਕਰਨ ਲੱਗੀ ਕੀ ਕਹਿ ਰਹੀ ਹੈ ਕੀ ਨਹੀਂ। ਮੈਨੂੰ ਸਾਰਾ ਹੀ ਪਤਾ ਵੀ ਮੈਂ ਕੀ ਕਹਿ ਰਹੀ ਹਾਂ ਤੇ ਕੀ ਨਹੀਂ ਕਹਿ ਰਹੀ। ਤੂੰ ਆਪਣਾ 4 ਦਿਨ ਇੱਥੇ ਰਹਿਣ ਆਈ ਹੈ ਨਾ, ਚੁੱਪ ਕਰਕੇ ਰਹਿ ਤੇ ਜਾ, ਮੇਰੇ ਨਾਲ ਪੈਨਸ਼ਨ ਦੀ ਲੋੜ ਨਹੀਂ। ਕੀ ਗੱਲ, ਤੇਰੇ ਤੋਂ ਖੜ ਕੇ ਗੱਲ ਨਹੀਂ ਹੁੰਦੀ, ਜਦ ਦੇਖੋ ਬਾਹਰ ਖਿੱਚ ਖਿੱਚ ਜਾਂਦੀ ਆ। ਤੇਰੇ ਕੰਮ ਨੇ ਖਿੱਚਣ ਵਾਲੇ ਨਾ, ਤੂੰ ਕੌਣ ਹੋਣੀ ਆ ਮੇਰੀ ਭੈਣ ਨੂੰ ਘਰ ਤੋਂ ਜਾਣ ਲਈ ਕਹਿਣ ਵਾਲੀ? ਉਹ ਜਿੰਨਾ ਤੇਰਾ ਘਰ ਆ ਨਾ, ਓਨਾ ਹੀ ਮੇਰੀ ਭੈਣ ਦਾ ਘਰ ਆ, ਸਗੋਂ ਤਾਂ ਉਹਦਾ ਤੇਰੇ ਤੋਂ ਵੱਧ ਹੱਕ ਆ ਇਸ ਘਰ ਦੇ ਉੱਤੇ। ਆ ਗਈ ਵੱਡੀ ਗੁੰਡੀ, ਤੇਰੀ ਹੀ ਕਮੀ ਸੀ, ਤੂੰ ਵੀ ਬੋਲ ਪਾ, ਕਿਤੇ ਤੂੰ ਪਿੱਛੇ ਨਾ ਰਹਿ ਜੀ। ਮੂੰਹ ਸੰਭਾਲ ਕੇ ਗੱਲ ਕਰ, ਗੁੰਡੀ ਹੋਏਗੀ ਤੂੰ। ਭਾਬੀ ਤੈਨੂੰ ਪੂਰਾ ਡਰ ਨਹੀਂ ਲੱਗਦਾ ਹੈਗਾ? ਉਹ ਅਸੀਂ ਇੱਥੇ ਕਿੰਨੇ ਜਾਣੇ ਖੜੇ ਆ, ਤੂੰ ਇਕੱਲੀ ਹੋਈ ਸ਼ੇਰ ਬਣੀ ਫਿਰਦੀ ਆ। ਮਿੰਦੋ ਹੁਣ ਤੇਰੀ ਮੇਰੀ ਕੋਈ ਗੱਲ ਨਹੀਂ ਹੋਈ ਹੈਗੀ, ਮੇਰੀ ਸਾਰੀ ਗੱਲ ਕਿਰਨ ਨਾਲ ਸੀ, ਤੂੰ ਵਿੱਚ ਨਾ ਆ। ਕਿਉਂ ਨਾ ਆਵਾਂ, ਜੇ ਮੇਰੀਆਂ ਭੈਣਾਂ ਨੂੰ ਕੁਛ ਕਹੇਂਗੀ ਨਾ ਤਾਂ ਮੈਂ ਤਾਂ ਬੋਲੂਗੀ ਓਏ। ਨਾਲੇ ਜੇ ਇਹ ਬੋਲੂ ਤਾਂ ਮੈਂ ਵੀ ਬੋਲੂ। ਹਾਂ ਤੂੰ ਤਾਂ ਬੋਲੇ ਬਿਨਾਂ ਰਹਿ ਹੀ ਨਹੀਂ ਸਕਦੀ, ਤੂੰ ਤਾਂ ਹੈ ਹੀ ਆਪਣੀ ਮਾਂ ਵਰਗੀ, ਜਿਵੇਂ ਉਹ ਨਹੀਂ ਟੰਗ ਫਸਾਉਣੋਂ ਹਟਦੀ ਤੂੰ ਵੀ ਨਹੀਂ ਹਟਦੀ। ਚੁੱਪ ਕਰਨੀ, ਕਿਵੇਂ ਸਾਰਿਆਂ ਨੂੰ ਇੱਕੋ ਰਸਤੇ ਨਾਲ ਬੰਨੀ ਫਿਰਦੀ ਆ, ਉਹ ਰਿਸ਼ਤੇ 'ਚ ਲੱਗਦੀ ਹੋਈ ਤੂੰ ਮੇਰੀ ਭਾਬੀ ਆ, ਨਹੀਂ ਤਾਂ ਜੂੰਡਿਆਂ ਜਾਂ ਤੋਂ ਫੜ ਕੇ ਨਾ ਚੱਕ ਕੇ ਬਾਹਰ ਮਾਰਨੀ ਸੀ। ਜੇ ਹਿੰਮਤ ਹੈਗੀ ਹੈ ਨਾ ਤਾਂ ਹੱਥ ਲਾ ਕੇ ਦੇਖ ਲਾ। ਉਹ ਭਾਬੀ ਤਾਂ ਤੁਸੀਂ ਮੈਨੂੰ ਨਾਮ ਨੂੰ ਹੀ ਕਹਿੰਦੀ ਆ, ਸਮਝਦੇ ਤਾਂ ਤੁਸੀਂ ਮੈਨੂੰ ਕੁਛ ਵੀ ਨਹੀਂ। ਹਾਂ ਬਿਨਾਂ ਕੁਛ ਸਮਝੇ ਤੇਰੀ ਰੋਟੀ ਬਣਦੀ ਆ, ਤੇਰੇ ਸਾਰੇ ਕੱਪੜੇ ਧੋਤੇ ਜਾਂਦੇ ਆ ਤੇ ਤੁਹਾਡਾ ਕਮਰਾ ਸਾਫ਼ ਹੁੰਦਾ। ਬਸ ਜਿਹੜੀਆਂ ਜਿਹੜੀਆਂ ਇਸ ਘਰ 'ਚ ਮੇਰੇ ਲਈ ਕੁਛ ਕੁ ਚੀਜ਼ਾਂ ਹੁੰਦੀਆਂ ਉਹ ਵੀ ਸੁਣਾਤੀਆਂ ਨਾ, ਸੁਣਾਤੀਆਂ ਅੱਜ ਮੈਨੂੰ। ਹਜੇ ਤਾਂ ਤੈਨੂੰ ਮੈਂ ਇਹ ਨਹੀਂ ਸੁਣਾਇਆ ਵੀ ਗਹਿਣੇ ਵੀ ਮੇਰੇ ਬਰਾਬਰ ਬਣੇ ਆ, ਕੱਪੜੇ ਵੀ ਮੇਰੇ ਬਰਾਬਰ ਬਣੇ ਆ, ਹੋਰ ਵੀ ਬਹੁਤ ਕੁਛ ਆ ਜਿਹੜਾ ਮੇਰੇ ਬਰਾਬਰ ਮਿਲਿਆ ਤੇ ਜਿਹੜਾ ਲੈ ਕੇ ਸਾਰਾ ਕੁਛ ਤੂੰ ਭੁੱਲੀ ਬੈਠੀ ਆ। ਤੂੰ ਨਹੀਂ ਲੈ ਕੇ ਦਿੱਤਾ ਮੈਨੂੰ ਜਿਹੜਾ ਸੁਣਾਉਣ ਲੱਗੀ ਹੋਈ ਆ। ਉਹ ਚੱਲ ਜੇ ਅਸੀਂ ਨਹੀਂ ਲੈ ਕੇ ਦਿੱਤਾ, ਸਾਡੇ ਬਾਪੂ ਨੇ ਤਾਂ ਲੈ ਕੇ ਦਿੱਤਾ ਹੀ ਆ। ਸਾਡਾ ਬਾਪੂ, ਸਾਡਾ ਬਾਪੂ ਨਾ ਕੀ ਗੱਲ, ਮੇਰੇ ਕੁਛ ਲੱਗਦੇ ਨਹੀਂ ਉਹ। ਮਿੰਦਾ ਨੂੰ ਕੁਛ ਕਹਾਂ ਤਾਂ ਕਿਰਨ ਬੋਲਦੀ ਆ, ਕਿਰਨ ਨੂੰ ਕੁਛ ਕਹਾਂ ਤਾਂ ਨਵੀਂ ਬੋਲਦੀ ਆ, ਤੇ ਜੇ ਨਵੀਂ ਨੂੰ ਕੁਛ ਕਹਾਂ ਤਾਂ ਇਹ ਬੋਲਦੀ ਆ। ਤੂੰ ਵੀ ਕਿਸੇ ਨਾਲ ਇੰਨੀ ਕੁ ਬਣਾ ਲਾ ਵੀ ਕੋਈ ਤੇਰੇ ਲਈ ਵੀ ਬੋਲੇ। ਮੈਨੂੰ ਨਹੀਂ ਲੋੜ ਹੈਗੀ ਕਿਸੇ ਦੀ ਪੂਛ ਪੂਛ ਕਰਨ ਦੀ, ਮੇਰੇ ਕੋਲ ਅਮਰ ਹੈਗਾ, ਘੱਟੋ ਘੱਟ ਉਹ ਤਾਂ ਮੇਰੀ ਕਦਰ ਕਰਦਾ। ਉਹ ਤੈਨੂੰ ਕੀ ਪਤਾ ਸਾਡਾ ਭਰਾ ਤੇਰੀਆਂ ਇੰਨਾ ਹਰਕਤਾਂ ਕਰਕੇ ਤੇਰੇ ਤੋਂ ਕਿੰਨਾ ਦੁਖੀ ਆ। ਮਿੰਦੋ ਤੂੰ ਵਿੱਚ ਨਾ ਬੋਲ, ਜਿਹੜੇ ਤੇਰੇ 5-6 ਦਿਨ ਬਚੇ ਨੇ ਨਾ ਸ਼ਾਂਤੀ ਨਾਲ ਕੱਢ ਲਾ। ਸ਼ਾਂਤੀ ਨਾਲ ਤੂੰ ਰਹਿਣ ਦਿੰਨੀ ਆ ਭਾਬੀ? ਉਹ ਨਾਲੇ ਜੇ ਮੇਰਾ ਵਿਆਹ ਹੋ ਵੀ ਗਿਆ ਨਾ ਤਾਂ ਮੇਰਾ ਇਸ ਘਰ ਤੋਂ ਰਿਸ਼ਤਾ ਟੁੱਟਣ ਨਹੀਂ ਲੱਗਿਆ, ਰਹਿਣੀ ਮੈਂ ਇਸ ਘਰ ਦੀ ਧੀ ਹੋਈ ਆ। ਆਹੋ ਤੁਹਾਡਾ ਘਰ ਤੇ ਤੁਸੀਂ ਇਸ ਘਰ ਦੀਆਂ, ਮੈਂ ਤਾਂ ਇੱਥੇ ਕਿਰਾਏ ਤੇ ਰਹਿਣੀ ਆ ਨਾ। ਜਿੱਦਣ ਦੀ ਮੈਂ ਮਿੰਦੋ ਇਸ ਘਰ 'ਚ ਆਈ ਆ ਨਾ, ਸਭ ਤੋਂ ਵੱਧ ਤੂੰ ਮੇਰੇ ਨਾਲ ਲੱਗਦੀ ਆ। ਮੈਨੂੰ ਇਸ ਘਰੋਂ ਬਾਹਰ ਕੱਢ ਕੇ ਜੇ ਕੋਈ ਆਪਣੇ ਭਰਾ ਦਾ ਘਰ ਖਰਾਬ ਕਰਨਾ ਚਾਹੁੰਦਾ ਨਾ ਤਾਂ ਉਹ ਤੂੰ ਆ। ਜੇ ਮੈਂ ਇਸ ਘਰ ਦੀ ਇੱਕ ਚੰਗੀ ਭਾਬੀ ਨਾ ਬਣ ਸਕੀ, ਜੇ ਮੈਂ ਇੱਕ ਨੂੰਹ ਨਾ ਬਣ ਸਕੀ ਤੇ ਇੱਕ ਚੰਗੀ ਘਰ ਵਾਲੀ ਨਾ ਬਣ ਸਕੀ, ਉਹਦਾ ਇੱਕੋ ਇੱਕ ਕਾਰਨ ਤੂੰ ਆ। ਤੇਰੇ ਤੋਂ ਮੇਰੀ ਕੋਈ ਖੁਸ਼ੀ ਬਰਦਾਸ਼ਤ ਨਹੀਂ ਹੁੰਦੀ, ਤੂੰ ਸਿਰਫ ਮੈਨੂੰ ਰੋਂਦਾ ਦੇਖਣਾ ਚਾਹੁੰਦੀ ਆ। ਚੁੱਪ ਕਰੋ, ਕਾਹਦਾ ਰੌਲਾ ਪਾਇਆ ਘਰ 'ਚ, ਚੁੱਪ ਕਾਹਤੇ ਨਹੀਂ ਕਰਦੇ? ਬਾਪੂ ਜੀ ਮੈਂ ਚੁੱਪ ਹੀ ਸੀ, ਇਹਨੇ ਮੈਨੂੰ ਬੋਲਣ ਲਾਇਆ, ਇਹਦੇ ਤੋਂ ਮੇਰੀ ਕੋਈ ਖੁਸ਼ੀ ਨਹੀਂ ਬਰਦਾਸ਼ਤ ਹੁੰਦੀ, ਇਹ ਸਿਰਫ ਮੈਨੂੰ ਰੋਂਦਾ ਦੇਖਣਾ ਚਾਹੁੰਦੀ ਆ। ਮੈਂ ਕੁਛ ਵੀ ਬੋਲਾਂ ਇਹਨਾਂ ਨੂੰ ਇਦਾਂ ਹੁੰਦਾ ਵੀ ਮੈਂ ਬੋਲੀ ਕਿਉਂ, ਤੇ ਜੇ ਮੈਂ ਚੁੱਪ ਕਰ ਜਾ ਫਿਰ ਇਹ ਸਾਰੇ ਮੈਨੂੰ ਇਹ ਕਹਿੰਦੇ ਤੂੰ ਚੁੱਪ ਕਿਉਂ ਆ, ਨਾ ਇਹ ਮੈਨੂੰ ਇੱਧਰ ਦੀ ਛੱਡਦੇ ਨੇ ਨਾ ਉੱਧਰ ਦੀ ਛੱਡਦੇ ਨੇ। ਮਿੰਦੋ ਮੇਰੇ ਤੇ ਲੱਗਦੀ ਆ, ਖਾਰ ਖਾਂਦੀ ਆ, ਇਹ ਮੈਨੂੰ ਘਰੋਂ ਕਢਾਉਣਾ ਚਾਹੁੰਦੀ ਆ। ਪੋਤੇ ਤੇਰੀ ਗਲਤ ਫਹਿਮੀ ਆ, ਮਿੰਦੋ ਤੇਰੇ ਨਾਲ ਜੇ ਖਾਰ ਖਾਂਦੀ ਹੁੰਦੀ ਨਾ, ਇਹਨੇ ਅੱਜ ਹੁਕਮ 'ਚ ਮੇਰੇ ਤੋਂ ਜੋ ਮੰਗਿਆ ਉਹ ਨਾ ਮੰਗਦੀ। ਤੁਸੀਂ ਸਾਰੇ ਜਣੇ ਮਿੰਦੋ ਨੂੰ ਵਾਰ ਵਾਰ ਪੁੱਛਦੇ ਸੀ ਨਾ ਪਰਚੀ 'ਚ ਕੀ ਲਿਖਿਆ, ਲੈ
ਆਹ ਪੜ੍ਹ ਲਾ ਇਹਦੇ 'ਚ ਕੀ ਲਿਖਿਆ।